ਪੰਜਾਬੀ ਰੇਡੀਓ ਜੋ ਐਸ ਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 408-272-2500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਗੁਰਦੀਪ ਸਿੰਘ ਵਿਰਦੀ ਕਲੋਵਸ, ਨਾਮ ਸਿੰਘ ਸ਼ਿਰਗਿੱਲ ਸਲਮਾ, ਮਨਜੀਤ ਸਿੰਘ ਦਿਵਾਨਾ ਫਰਜਨੋ, ਗੁਰਚਰਨ ਸਿੰਘ ਬੇਕਰਸਫੀਲਡ, ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, 4159090503, ਸਟਾਰ ਲਾਈਟ ਟਰੱਕ ਟਾਇਰ ਵਾਲੇ, ਫੋਨ ਨੰਬਰ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ, ਉਸ ਦੇ ਵਿੱਚ ਹੋ ਰਹੀ ਹਿੰਸਾ ਦੇ ਵਿਚਕਾਰ ਹੀ ਸਹੁੰ ਚੁੱਕੇ ਕਿ ਮਮਤਾ ਬੈਨਰਜੀ। ਪੱਛਮੀ ਬੰਗਾਲ ਦੇ ਵਿੱਚ ਜਿਹੜੀ ਹਿੰਸਾ ਹੈ ਉਹ ਇਸ ਵੇਲੇ ਤਕਰੀਬਨ 11 ਹੁਣ ਤੱਕ ਮੌਤਾਂ ਇਹਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਵੱਲੋਂ ਇੱਥੇ ਦਿੱਲੀ ਦੇ ਵਿੱਚ ਜਿਹੜੀ ਸ਼ਬਦੀ ਜੰਗ ਆ ਉਹ ਜਾਰੀ ਆ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜੇਪੀ ਨੱਡਾ ਉਹ ਪੱਛਮੀ ਬੰਗਾਲ ਦੇ ਵਿੱਚ ਪਹੁੰਚੇ ਆ। ਅੱਜ ਉਹਨਾਂ ਨੇ ਧਰਨੇ ਲਾਉਣੇ ਆ, ਮਤਲਬ ਕਿ ਉਹ ਅੰਦੋਲਨ ਜੀਵੀ ਬਣ ਗਏ ਅੱਜ, ਕਿਉਂਕਿ ਧਰਨੇ ਲਾਉਣ ਨੂੰ ਅੰਦੋਲਨ ਜੀਵੀ ਪ੍ਰਧਾਨ ਮੰਤਰੀ ਕਹਿੰਦੇ ਸੀ, ਔਰ ਉਹ ਹੁਣ ਭਾਰਤੀ ਜਨਤਾ ਪਾਰਟੀ ਵੀ ਧਰਨੇ ਜਿਹੜੇ ਉਹ ਲਾਊਗੀ। ਜਿਹੜੀ ਇਹ ਹਿੰਸਾ ਹੋ ਰਹੀ ਹੈ ਇਹਨੂੰ ਕਈ ਪਾਸਿਆਂ ਤੋਂ ਜਿਹੜਾ ਉਹ ਦੇਖਣ ਦੀ ਜ਼ਰੂਰਤ ਹੈ, ਕਿਉਂਕਿ ਇਹਦਾ ਜਿਹੜਾ ਦੋਸ਼ ਆ ਉਹ ਲਾਇਆ ਜਾ ਰਿਹਾ ਇੱਕ ਫਿਰਕੇ ਦੇ ਉੱਤੇ ਕਿ ਉਹ ਦੂਜੇ ਫਿਰਕੇ ਦੇ ਉੱਤੇ ਹਮਲੇ ਕਰ ਰਹੇ ਆ, ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਇਹ ਉੱਥੇ ਫਿਰਕਿਆਂ ਦੇ ਵਿਚਾਲੇ ਹਿੰਸਾ ਹੈ। ਜੇ ਤੁਸੀਂ ਓਵਰਆਲ ਸਾਰੀ ਜਿਹੜੀ ਚੋਣ ਹੋਈ ਆ ਉਹਨੂੰ ਨੇੜੇ ਤੋਂ ਉਹਦਾ ਅਨੈਲਿਸਿਸ ਕਰਦੇ ਹੋ ਤਾਂ ਫਿਰਕਿਆਂ ਵਾਲੀ ਗੱਲ ਉੱਥੇ ਹੈ ਨਹੀਂ, ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹਦਾ ਲਾਹਾ ਜਿਹੜਾ ਉਹ ਫਿਰ ਲਿਆ ਜਾ ਸਕੇ ਉੱਤਰ ਪ੍ਰਦੇਸ਼ 'ਚ। ਸ਼ਾਇਦ ਇਹਦਾ ਪ੍ਰਮੁੱਖ ਕਾਰਨ ਜਿਹੜਾ ਉਹ ਇਹ ਆ ਕਿ ਉੱਥੇ ਜਿਹੜੀ ਹਿੰਸਾ ਭੜਕਾਈ ਜਾ ਸਕੇ। ਇਹਦੇ ਵਿਚਾਲੇ ਮਮਤਾ ਬੈਨਰਜੀ ਅੱਜ 11:15 ਇੱਥੋਂ ਦੇ ਮੁਤਾਬਕ ਇਕੱਲੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਸ ਤੋਂ ਬਾਅਦ ਕੈਬਨਿਟ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਭੜਕੇ ਜਾਂ ਪਰਸੋਂ ਨੂੰ ਸਹੁੰ ਚੁੱਕ ਸਕਦੇ ਆ। ਇਹਦੇ ਵਿੱਚ BCCI ਦੇ ਪ੍ਰੈਜੀਡੈਂਟ ਸੌਰਵ ਗਾਂਗੁਲੀ ਜਿਹੜੇ ਕਿ ਸਾਬਕਾ ਕ੍ਰਿਕਟਰ ਨੇ, ਬੰਗਾਲ ਭਾਜਪਾ ਦੇ ਪ੍ਰਧਾਨ ਦਲੀਪ ਘੋਸ਼ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ। ਇਹ ਸਹੁੰ ਚੁੱਕ ਸਮਾਗਮ ਰਾਜਭਵਨ ਦੇ ਟਾਊਨ ਹਾਲ ਦੇ ਵਿੱਚ ਹੋਣਾ। ਇਹਦੂ ਬਾਅਦ ਮਮਤਾ ਬੈਨਰਜੀ ਜਿਹੜੀ ਆ ਉਹ ਦਫ਼ਤਰ ਜਾਣਗੇ। ਉੱਥੇ ਇਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਸਣੇ ਤ੍ਰਿਣਮੂਲ ਕਾਂਗਰਸ ਦੇ ਵੱਡੇ ਨੇਤਾ ਸ਼ਾਮਲ ਹੋਣਗੇ, ਸਾਬਕਾ ਮੁੱਖ ਮੰਤਰੀ ਬੁੱਧ ਦੇਵ ਭੱਟਾਚਾਰੀਆ, ਇਹਦੇ ਜਿਹੜੇ ਵਾਮ ਮੋਰਚਾ ਦੇ ਵਿਮਾਨ ਬੋਸ ਉਹ ਵੀ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਗਿਆ। ਇਹ ਤੀਜੀ ਵਾਰੀ ਹੋਊਗਾ ਜਦੋਂ ਮਮਤਾ ਬੈਨਰਜੀ ਹੋਰੀ ਇਸ ਸੂਬੇ ਦੇ ਮੁੱਖ ਮੰਤਰੀ ਦੇ ਵਜੋਂ ਅਹੁਦਾ ਸੰਭਾਲਣਗੇ। ਹਾਲਾਂਕਿ ਖੁਦ ਮਮਤਾ ਬੈਨਰਜੀ ਨੰਦੀ ਗ੍ਰਾਮ ਸੀਟ ਤੋਂ ਹਰ ਗਏ ਨੇ। 66 ਸਾਲਾਂ ਦੀ ਮਮਤਾ ਬੈਨਰਜੀ ਨੂੰ ਫਿਰ ਕਿਸੇ ਸੀਟ ਤੋਂ 6 ਮਹੀਨਿਆਂ ਦੇ ਵਿੱਚ ਚੋਣ ਲੜਨੀ ਜਿਹੜੀ ਉਹ ਪੈ ਸਕਦੀ ਆ। 20 ਮਈ 2011 ਨੂੰ ਪਹਿਲੀ ਵਾਰੀ, 27 ਮਈ 2016 ਨੂੰ ਦੂਜੀ ਵਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਉਹਨਾਂ ਨੇ ਸਹੁੰ ਚੁੱਕੀ ਸੀਗੀ। ਬੰਗਾਲ ਦੇ ਵਿੱਚ 1950 ਤੋਂ ਲਗਾਤਾਰ 17 ਸਾਲਾਂ ਤੱਕ ਕਾਂਗਰਸ ਨੇ ਸੱਤਾ ਹੰਡਾਈ। ਜਦੋਂ ਰਾਜ ਨੂੰ ਜਿਹੜੀ ਉਠਾ ਪਟਕ ਦਾ ਸਾਹਮਣਾ ਕਰਨਾ ਪਿਆ ਤਾਂ 77 ਦੇ ਵਿੱਚ ਖੱਬੇ ਪੱਖੀਆਂ ਨੂੰ ਰਾਜ ਨੇ ਚੁਣ ਲਿਆ। ਇਦੋਂ ਬਾਅਦ ਬੰਗਾਲ ਨੇ ਲੈਫਟ ਨੂੰ 1 ਜਾਂ 2 ਨਹੀਂ ਬਲਕਿ 7 ਵਿਧਾਨ ਸਭਾ ਚੋਣਾਂ ਜਿਤਾਈਆਂ। ਲੈਫਟ ਨੇ CPM ਦੀ ਅਗਵਾਈ ਦੇ ਵਿੱਚ ਵੱਡੇ ਬਹੁਮਤ ਦੇ ਨਾਲ 34 ਸਾਲ ਇਸ ਸੂਬੇ ਦੇ ਉੱਤੇ ਰਾਜ ਕੀਤਾ। ਲੈਫਟ ਦਾ ਦੌਰ ਖਤਮ ਹੋਇਆ ਤਾਂ ਮਮਤਾ ਦੀ ਤ੍ਰਿਣਮੂਲ ਕਾਂਗਰਸ ਨੂੰ ਰਾਜ ਭਾਗ ਮਿਲ ਗਿਆ। ਪਿਛਲੇ 10 ਸਾਲਾਂ ਤੋਂ ਆਰਾਮ ਦੇ ਨਾਲ ਬਹੁਮਤ ਦੇ ਵਿੱਚ ਬਹੁਮਤ ਦੇ ਨਾਲ ਬੰਗਾਲ ਦੇ ਉੱਤੇ ਉਹ ਰਾਜ ਕਰ ਰਹੀ ਹੈ ਤੇ ਇੱਕ ਵਾਰੀ ਫਿਰ ਉਹ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਜਿਹੜੀ ਆ ਉਹ ਆਈ ਆ। 1950 ਤੋਂ 67 ਤੱਕ ਮੇਨ ਚਿਹਰਾ ਪੱਛਮੀ ਬੰਗਾਲ ਦੇ ਵਿੱਚ BC ਰਾਏ ਰਹੇ। 1972 ਲੈ ਕੇ 77 ਤੱਕ ਮੁੱਖ ਚਿਹਰਾ ਰਹੇ ਸਿਧਾਰਥ ਸ਼ੰਕਰ ਰੇ। 1977 ਤੋਂ ਲੈ ਕੇ 2011 ਤੱਕ ਮੁੱਖ ਚਿਹਰੇ ਜਯੋਤੀ ਬਾਸੂ ਤੇ ਬੁੱਧ ਦੇਵ ਭੱਟਾਚਾਰੀਆ ਰਹੇ। ਜਯੋਤੀ ਬਾਸੂ ਹੋਰਾਂ ਦਾ ਕੋਈ ਤੋੜ ਨਹੀਂ ਸੀਗਾ। ਜਦੋਂ ਸੱਤਾ ਬੁੱਧ ਦੇਵ ਭੱਟਾਚਾਰੀ ਹੋਰਾਂ ਦੇ ਹੱਥ ਦੇ ਵਿੱਚ ਆਈ
ਤਾਂ ਉਹ ਕ੍ਰਿਸ਼ਮਾ ਜਿਹੜਾ ਸੀ ਜਯੋਤੀ ਬਾਸੂ ਹੁਰਾਂ ਵਾਲਾ ਕਾਇਮ ਨਹੀਂ ਰੱਖ ਸਕੇ। 2011 ਤੋਂ ਲੈ ਕੇ 2021 ਤੱਕ ਮੇਨ ਚਿਹਰਾ ਮਮਤਾ ਬੈਨਰਜੀ ਜਿਹੜਾ ਉਹ ਬਣੇ, ਔਰ ਮਮਤਾ ਬੈਨਰਜੀ ਇਸ ਵੇਲੇ ਨੈਸ਼ਨਲ ਪੱਧਰ ਦੇ ਉੱਤੇ ਵੀ ਇੱਕ ਵੱਡੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਚਿਹਰੇ ਵਜੋਂ ਉੱਭਰੇ। ਜੀ ਤੇ ਅਗਲੀ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਨੂੰ ਯੂਪੀ ਦੇ ਵਿੱਚ ਕਿਸਾਨ ਅੰਦੋਲਨ ਦਾ ਵੀ ਸੇਕ ਲੱਗਣਾ ਸ਼ੁਰੂ ਹੋ ਗਿਆ ਪੰਚਾਇਤੀ ਚੋਣਾਂ ਹਾਰੇ। ਦੇਖੋ, ਪੱਛਮੀ ਬੰਗਾਲ ਤੋਂ ਬਾਅਦ ਉੱਤਰ ਪ੍ਰਦੇਸ਼ ਵੱਡਾ ਸੂਬਾ, ਔਰ ਉੱਤਰ ਪ੍ਰਦੇਸ਼ ਬੈਕਬੋਨ ਹੈ ਭਾਰਤੀ ਜਨਤਾ ਪਾਰਟੀ। ਉੱਥੇ ਹੀ ਰਾਮ ਮੰਦਿਰ ਹੈ ਜਿਹਦੇ ਤੋਂ ਉਹਨੇ ਰਾਜਨੀਤਿਕ ਸ਼ੁਰੂਆਤ ਕਰਕੇ ਸੱਤਾ ਦੀਆਂ ਪੌੜੀਆਂ ਦੇ ਸਿਖਰਲੇ ਡੰਡਿਆਂ ਤੱਕ ਦਾ ਸਫ਼ਰ ਕੀਤਾ। ਉੱਥੇ ਹੀ ਉਹਨਾਂ ਦਾ ਜਿਹੜਾ ਅਗਲਾ ਚਿਹਰਾ ਹੈ ਉਹ ਯੋਗੀ ਆਦਿੱਤਿਆਨਾਥ ਹੈ, ਜਿਹੜਾ ਮੁੱਖ ਮੰਤਰੀ ਹੈ। ਬੇਸ਼ੱਕ ਕਿਸਾਨ ਜਥੇਬੰਦੀਆਂ ਨੂੰ ਬਹੁਤਾ ਕੋਈ ਵੱਡਾ ਤਰੱਦਦ ਨਹੀਂ ਕਰਨਾ ਪਿਆ, ਉਹ ਇਸ ਕਰਕੇ ਨਹੀਂ ਉਹਨਾਂ ਨੇ ਕੀਤਾ। ਪੱਛਮੀ ਬੰਗਾਲ ਦੇ ਵਿੱਚ ਤਾਂ ਉਹ ਇਸ ਕਰਕੇ ਗਏ ਸੀ ਕਿ ਉੱਧਰ ਉਦੋਂ ਤੱਕ ਕਿਸਾਨ ਜਿਹੜਾ ਸੰਘਰਸ਼ ਹੈ ਉਹਦੀ ਜਾਗ ਨਹੀਂ ਸੀ ਲੱਗੀ। ਉੱਤਰ ਪ੍ਰਦੇਸ਼ ਤਾਂ ਕਿਸਾਨ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ, ਬਲਕਿ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਸਾਰੇ ਕਿਸਾਨ ਅੰਦੋਲਨ ਫੈਲਿਆ ਹੋਇਆ। ਇਹਦਾ ਸੇਕਾ ਭਾਰਤੀ ਜਨਤਾ ਪਾਰਟੀ ਤੱਕ ਜਿਹੜਾ ਉਹ ਪਹੁੰਚਿਆ। ਪੰਚਾਇਤੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਥਾਂ ਥਾਂ ਦੇ ਉੱਤੇ ਮੂੰਹ ਦੀ ਖਾਣੀ ਪਈ ਹੈ। ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕਦਲ ਤੇ ਬਹੁਜਨ ਸਮਾਜ ਪਾਰਟੀ ਨੇ ਬਹੁਤੇ ਥਾਵਾਂ ਦੇ ਉੱਤੋਂ ਜੜ੍ਹਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਦੀਆਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ। ਜੇ ਅਯੁੱਧਿਆ ਤੋਂ ਸ਼ੁਰੂ ਕਰੀਏ, ਜਿਹੜੀ ਰਾਮਨਗਰੀ ਅਯੁੱਧਿਆ ਹੈ, ਉੱਥੇ ਭਾਰਤੀ ਜਨਤਾ ਪਾਰਟੀ ਨੂੰ ਬੁਰੇ ਤਰੀਕੇ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ 40 ਦੇ ਵਿੱਚੋਂ 24 ਸੀਟਾਂ ਦੇ ਉੱਤੇ ਸਮਾਜਵਾਦੀ ਪਾਰਟੀ ਨੇ ਕਬਜ਼ਾ ਕਰ ਲਿਆ। ਬੀਜੇਪੀ ਦੇ ਖਾਤੇ ਦੇ ਵਿੱਚ ਸਿਰਫ 6 ਸੀਟਾਂ ਆਈਆਂ ਨੇ। ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੇ 5 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਆ। ਜੇ ਜਿਹੜੇ ਬਾਕੀ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਥਾਂ ਥਾਂ ਦੇ ਉੱਤੋਂ ਇਸੇ ਤਰ੍ਹਾਂ ਦੇ ਆ ਰਹੇ ਨੇ। ਪੱਛਮੀ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਵਿੱਚ 14 ਸੀਟਾਂ ਨੇ, ਬੀਜੇਪੀ ਨੂੰ 2, ਸਮਾਜਵਾਦੀ ਪਾਰਟੀ ਨੂੰ 3, ਬਹੁਜਨ ਸਮਾਜ ਪਾਰਟੀ ਨੂੰ 5, ਕਾਂਗਰਸ ਨੂੰ 0 ਤੇ ਆਜ਼ਾਦ 4 ਜਿੱਤੇ। ਪੱਛਮੀ ਉੱਤਰ ਪ੍ਰਦੇਸ਼ ਜਿਹੜਾ ਸ਼ਾਮਲੀ ਏਰੀਆ ਪੈਂਦਾ, 19 ਸੀਟਾਂ ਨੇ, ਬੀਜੇਪੀ ਨੂੰ 4 ਮਿਲੀਆਂ ਨੇ, ਸਮਾਜਵਾਦੀ ਪਾਰਟੀ ਨੂੰ 1 ਮਿਲੀ ਆ, ਬਹੁਜਨ ਸਮਾਜ ਪਾਰਟੀ 14 ਸੀਟਾਂ ਦੇ ਉੱਤੇ ਕਾਬਜ ਰਹੀ ਆ, ਕਾਂਗਰਸ 0, ਆਜ਼ਾਦ ਨੂੰ ਕੁਛ ਨਹੀਂ ਜਿਹੜਾ ਉਹ ਮਿਲਿਆ। ਪੂਰਵਾਂਚਲ ਜਿਹੜਾ ਕੁਸ਼ੀਨਗਰ ਏਰੀਆ, 61 ਸੀਟਾਂ ਨੇ, ਬੀਜੇਪੀ ਨੂੰ 13 ਮਿਲੀਆਂ ਨੇ, ਸਮਾਜਵਾਦੀ ਪਾਰਟੀ ਨੂੰ 2 ਮਿਲੀਆਂ ਨੇ, ਬਹੁਜਨ ਸਮਾਜ ਪਾਰਟੀ ਨੂੰ 43 ਸੀਟਾਂ ਇੱਥੇ ਮਿਲੀਆਂ ਨੇ, ਕਾਂਗਰਸ ਨੂੰ 3 ਤੇ ਆਜ਼ਾਦ ਦੇ 0 ਕੁਛ ਨਹੀਂ ਆਇਆ। ਪੱਛਮੀ ਉੱਤਰ ਪ੍ਰਦੇਸ਼ ਜਿੱਥੇ ਆਗਰਾ ਪੈਂਦਾ, 51 ਜਿਹੜੀਆਂ ਇੱਥੇ ਟੋਟਲ ਸੀਟਾਂ ਨੇ, 41 ਦੇ ਨਤੀਜੇ ਆ ਗਏ। ਬਹੁਜਨ ਜਿਹੜੀ ਬੀਜੇਪੀ ਆ ਉਹਨੂੰ 14 ਸੀਟਾਂ ਦੇ ਉੱਤੇ ਸਬਰ ਕਰਨਾ ਪਿਆ। ਸਮਾਜਵਾਦੀ ਪਾਰਟੀ 7 ਤੇ ਕਾਬਜ ਹੋਈ ਆ, ਬਹੁਜਨ ਸਮਾਜ ਪਾਰਟੀ 20 ਦੇ ਉੱਤੇ ਉਹਨੂੰ ਜਿੱਤ ਮਿਲੀ ਆ, ਕਾਂਗਰਸ ਨੂੰ 2 ਤੇ 8 ਆਜ਼ਾਦ ਜਿੱਤੇ ਆ। ਪੱਛਮੀ ਉੱਤਰ ਪ੍ਰਦੇਸ਼ ਜਿਹੜਾ ਮੇਰਠ ਦਾ ਏਰੀਆ, ਉੱਥੇ 32 ਸੀਟਾਂ ਦੇ ਰਿਜ਼ਲਟ ਆ ਗਏ 33 ਦੇ ਵਿੱਚੋਂ, ਬੀਜੇਪੀ ਨੂੰ 6 ਆਈਆਂ ਨੇ, ਸਮਾਜਵਾਦੀ ਪਾਰਟੀ ਨੂੰ 6 ਆਈਆਂ ਨੇ, ਬਹੁਜਨ ਸਮਾਜ ਪਾਰਟੀ 9 ਤੇ ਕਾਬਜ ਹੋ ਗਈ ਆ, ਕਾਂਗਰਸ 0 ਆ ਤੇ ਆਜ਼ਾਦ 11 ਜਿਹੜੇ ਆ ਉਹ ਜਿੱਤੇ ਆ। ਬਹੁਜਨ ਸਮਾਜ ਪਾਰਟੀ ਨੂੰ ਵੱਡਾ ਹੁੰਗਾਰਾ ਜਿਹੜਾ ਉਹ ਇਹਨਾਂ ਸੀਟਾਂ ਦੇ ਵਿੱਚ ਮਿਲ ਰਿਹਾ। ਹਾਲਾਤ ਇਹ ਨੇ ਕਿ ਗੋਰਖਪੁਰ ਜਿਹੜਾ ਯੋਗੀ ਆਦਿੱਤਿਆਨਾਥ ਦਾ ਏਰੀਆ, 68 ਦੇ ਵਿੱਚੋਂ ਬੀਜੇਪੀ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਆ। 65 ਜਿਹੜੇ ਨੇ ਉਹਦੇ ਨਤੀਜੇ ਹੁਣ ਤੱਕ ਆ ਚੁੱਕੇ ਨੇ, 21 ਦੇ ਉੱਤੇ ਆਜ਼ਾਦ ਉਮੀਦਵਾਰ ਜਿੱਤੇ ਨੇ, ਬਹੁਜਨ ਸਮਾਜ ਪਾਰਟੀ ਦੇ 2, ਕਾਂਗਰਸ ਆਮ ਆਦਮੀ ਪਾਰਟੀ ਤੇ ਨਿਸ਼ਾਦ ਪਾਰਟੀ ਨੂੰ 1-1 ਸੀਟ ਦੇ ਉੱਤੇ ਇੱਥੇ ਜਿਹੜਾ ਉਹ ਜਿੱਤ ਇੱਥੇ ਮਿਲੀ ਆ। ਸੋ ਸਾਰੇ ਜਗ੍ਹਾ ਤੋਂ ਖਾਸ ਤੌਰ ਦੇ ਉੱਤੇ ਮੇਨ ਥਾਵਾਂ ਦੇ ਉੱਤੋਂ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਇਹਦੇ ਵਿੱਚ ਇਹ ਜਿਹੜੀਆਂ ਪੰਚਾਇਤ ਚੋਣਾਂ ਨੇ ਇਹਨਾਂ ਦਾ ਮਹੱਤਵ ਇਸ ਕਰਕੇ ਜ਼ਿਆਦਾ ਕਿ ਅਗਲੇ ਵਰ੍ਹੇ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਨੇ, ਔਰ ਵਿਧਾਨ ਸਭਾ ਜਿੱਥੇ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੈ, ਉਹ ਇਸ ਕਬਜ਼ੇ ਨੂੰ ਕਿਵੇਂ ਰੱਖੂਗੀ, ਕਿਉਂਕਿ ਕਿਸਾਨ ਅੰਦੋਲਨ ਚੱਲਦਿਆਂ ਹੁਣ ਬਹੁਤ ਮਹੀਨੇ ਹੋ ਗਏ, ਔਰ ਇਹਦਾ ਜਿੱਥੇ ਵੱਡਾ ਅਸਰ ਪੰਜਾਬ ਦੇ ਵਿੱਚ ਹੈ, ਪੰਜਾਬ ਤੋਂ ਬਾਅਦ ਹਰਿਆਣੇ ਦੇ ਵਿੱਚ ਹੈ, ਹਰਿਆਣਾ ਸਮੁੱਚਾ ਕਿਸਾਨ ਅੰਦੋਲਨ ਚ ਰੰਗਿਆ ਹੋਇਆ, ਤੇ ਉੱਤਰ ਪ੍ਰਦੇਸ਼ ਜਿਹੜਾ ਬਹੁਤਾ ਨਹੀਂ ਤੇ 50% ਤੋਂ ਉੱਪਰ ਕਹਿ ਸਕਦੇ ਹਾਂ ਕਿ ਉਹ ਪੂਰੇ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਭੜਿਆ ਹੋਇਆ, ਔਰ ਇਹਦੇ ਵਿੱਚ ਟਕੈਤ ਸਾਹਿਬ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ। ਜੀ ਜੀ ਉਹ ਤਾਂ ਹੈ, ਫਰਕ ਤਾਂ ਪੈਂਦਾ ਹੈਗਾ।
ਅੱਗੇ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਆਕਸੀਜਨ ਨੂੰ ਲੈ ਕੇ ਉਸੇ ਤਰ੍ਹਾਂ ਦੀ ਹਪੜਾ ਦਫੜੀ ਮਚੀ ਹੋਈ ਆ ਅਤੇ ਹੁਣ ਹਾਈ ਕੋਰਟ ਨੇ ਫਿਰ ਖਿਚਾਈ ਕੀਤੀ ਕੇਂਦਰ ਦੀ। ਦੇਖੋ ਹਾਈ ਕੋਰਟਾਂ ਤਾਂ ਜੋ ਕਰ ਸਕਦੀਆਂ ਨੇ ਉਹਦੇ ਤੋਂ ਉੱਪਰ ਕਰ ਰਹੀਆਂ ਨੇ, ਲਗਾਤਾਰ ਸੁਣਵਾਈ ਹਾਈ ਕੋਰਟਾਂ ਦੇ ਵਿੱਚ ਹੋ ਰਹੀ ਆ। ਲੋਕਾਂ ਨੂੰ ਆਸ ਇੱਕ ਵਾਰੀ ਫੇਰ ਜਿਹੜੀ ਆ ਉਹ ਹਾਈ ਕੋਰਟਾਂ ਦੇ ਉੱਤੇ ਹੀ ਆ, ਵੱਖ ਵੱਖ ਸ਼ਹਿਰਾਂ ਦੇ ਵੱਖ ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਦੇ ਉੱਤੇ। ਦਿੱਲੀ ਦੀ ਹਾਈ ਕੋਰਟ ਨੇ ਇੱਕ ਵਾਰੀ ਫੇਰ ਇਹ ਗੱਲ ਜਿਹੜੀ ਆ ਕਹੀ ਆ ਕਿ ਤੁਹਾਡੇ ਉੱਤੇ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਕੰਟੈਂਪਟ ਆਫ ਕੋਰਟ ਜਿਹੜਾ ਉਹ ਕਿਉਂ ਨਾ ਉਹਦੇ ਤਹਿਤ ਕਾਰਵਾਈ ਕੀਤੀ ਜਾਵੇ। ਕੇਂਦਰ ਦੀ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ। ਇਹ ਕਿਹਾ ਗਿਆ ਕਿ ਕੋਰੋਨਾ ਦੇ ਸੰਕਟ ਵਿੱਚ ਆਕਸੀਜਨ ਦੀ ਕਿੱਲਤ ਨੂੰ ਹਾਈ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਕਰਾਰੇ ਹੱਥੀ ਲਿਆ। ਇਹ ਕਿਹਾ ਕਿ ਤੁਸੀਂ ਸ਼ਤਰਬੁਰਗ ਵਾਂਗੂ ਆਪਣਾ ਸਿਰ ਰੇਤ ਦੇ ਵਿੱਚ ਲੁਕੋ ਸਕਦੇ ਹੋ, ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਹਾਈ ਕੋਰਟ ਨੇ ਕਿਹਾ ਕੇਂਦਰ ਸਰਕਾਰ ਚਾਹੇ ਅੱਖਾਂ ਬੰਦ ਕਰ ਲੇ ਪਰ ਜਦੋਂ ਲੋਕ ਮਰ ਰਹੇ ਹੋਣ ਤਾਂ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ। ਦੋ ਮੈਂਬਰੀ ਜਿਹੜਾ ਇਹ ਬੈਂਚ ਹੈ ਉਹਨੇ ਇਹ ਕਿਹਾ ਕਿ ਹਾਈ ਕੋਰਟ ਪਹਿਲਾਂ ਹੀ ਹਦਾਇਤਾਂ ਦੇ ਚੁੱਕੀ ਹੈ ਤੇ ਹੁਣ ਅਸੀਂ ਇਹ ਗੱਲ ਆਖ ਰਹੇ ਹਾਂ ਕਿ ਕੇਂਦਰ ਸਰਕਾਰ ਕੋਈ ਢੰਗ ਤਰੀਕਾ ਅਪਣਾਵੇ ਕਿ ਦਿੱਲੀ ਨੂੰ ਰੋਜ਼ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਹੋਵੇ। ਹਾਈ ਕੋਰਟ ਨੇ ਅੱਜ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨ ਮੌਕੇ ਪਿਊਸ਼ ਗੋਇਲ ਤੇ ਸੁਮਿਤਾ ਡਾਵਰਾ ਨੂੰ ਅਦਾਲਤ ਦੇ ਵਿੱਚ ਮੌਜੂਦ ਰਹਿਣ ਦੀ ਹਦਾਇਤ ਕੀਤੀ ਹੈ। ਜਸਟਿਸ ਵਿਪਿਨ ਸਾਂਘੀ ਤੇ ਰੇਖਾ ਪੱਲੀ ਦੇ ਬੈਂਚ ਨੇ ਇਹ ਗੱਲ ਕਹੀ ਆ ਕਿ ਕੇਂਦਰ ਇਸ ਸ਼ਹਿਰ ਦਾ ਹਿੱਸਾ ਤੇ ਹਾਲਾਤ ਨੂੰ ਆਪਣੇ ਅੱਖੀ ਤੁਸੀਂ ਵੇਖ ਸਕਦੇ ਹੋ ਪਰ ਨਹੀਂ ਤੁਹਾਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਖਿਆਲੀ ਮਹਿਲਾਂ ਦੀ ਦੁਨੀਆ ਦੇ ਵਿੱਚ ਰਹਿੰਦੇ ਹੋ। ਬੈਂਚ ਨੇ ਕੇਂਦਰ ਸਰਕਾਰ ਦੇ ਉਸ ਹਲਫ਼ਨਾਮੇ ਨੂੰ ਰੱਦ ਕਰਤਾ ਜਿਹਦੇ ਵਿੱਚ ਮੌਜੂਦਾ ਮੈਡੀਕਲ ਢਾਂਚੇ ਦੇ ਮੱਦੇਨਜ਼ਰ ਦਿੱਲੀ ਰੋਜ਼ਾਨਾ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਲੈਣ ਦਾ ਹੱਕਦਾਰ ਨਹੀਂ ਹੈ। ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਅਦਾਲਤੀ ਹੱਤਕ ਤਹਿਤ ਕਾਰਵਾਈ ਸਾਡੇ ਜ਼ਹਿਨ 'ਚ ਆਖਰੀ ਵਿਕਲਪ ਹੈ ਪਰ ਯਕੀਨੀ ਤੌਰ ਦੇ ਉੱਤੇ ਸਾਡੇ ਦਿਮਾਗ ਦੇ ਵਿੱਚ ਹੈ ਤੇ ਸਾਨੂੰ ਇਹ ਆਖਰੀ ਕਦਮ ਚੁੱਕਣ ਲਈ ਮਜਬੂਰ ਨਾ ਕੀਤਾ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਅਮਲੀ ਕਾਰਵਾਈ ਚਾਹੁੰਦੇ ਹਾਂ, ਬਹੁਤ ਹੋ ਗਿਆ ਔਰ ਇਸ ਮਾਮਲੇ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਪਸ਼ਟ ਹੈ ਤੇ ਹੁਣ ਅਸੀਂ ਨਾ ਨਹੀਂ ਸੁਣਾਂਗੇ, ਤੁਹਾਨੂੰ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਕਰਨੀ ਹੀ ਹੋਊਗੀ। ਅੱਜ ਜਦੋਂ ਮੰਤਰੀਆਂ ਨੂੰ ਰਹਿਣਾ ਪਊਗਾ ਅਦਾਲਤ ਦੇ ਵਿੱਚ ਤੇ ਉਦੋਂ ਜਿਹੜਾ ਵੀ ਇਹਨਾਂ ਨੂੰ ਪਤਾ ਲੱਗੂਗਾ ਇਹ ਆਪਣੇ ਸੁਪਨਿਆਂ ਦੇ ਵਿੱਚੋਂ ਜਿਹੜਾ ਉਹ ਨਿਕਲਣਗੇ। ਬਹੁਤ ਸਾਰੇ ਜਹਾਜ਼ ਨੇ ਜਿਹੜੇ ਕਿ ਵੱਖ ਵੱਖ ਮੁਲਕਾਂ ਤੋਂ ਆਏ ਖੜੇ ਨੇ ਏਅਰਪੋਰਟ ਦੇ ਉੱਤੇ, ਸਮਾਨ ਉਹਨਾਂ ਦੇ ਵਿੱਚ ਪਿਆ, ਉਹ ਸਮਾਨ ਅੱਗੇ ਦਿੱਤਾ ਤਾਂ ਕਰਕੇ ਨਹੀਂ ਜਾ ਰਿਹਾ, ਪਾਲਿਸੀ ਕੋਈ ਨਹੀਂ ਹੈਗੀ। ਇਹਨਾਂ ਮੁਲਕਾਂ ਦੀ ਕੰਡੀਸ਼ਨ ਹੈ ਕਿ ਪਾਲਿਸੀ ਦੱਸੋ, ਪਾਲਿਸੀ ਦੇ ਤਹਿਤ ਇਹ ਵੱਖ ਵੱਖ ਜ਼ਿਆਦਾ ਅਫੈਕਟਡ ਸੂਬਿਆਂ ਦੇ ਵਿੱਚ ਜਾਣਾ ਚਾਹੀਦਾ। ਕੇਂਦਰ ਦੀ ਸਰਕਾਰ ਚਾਹੁੰਦੀ ਹੈ ਸਾਨੂੰ ਦੇ ਦਿਓ, ਅਸੀਂ ਆਪਣੇ ਹਿਸਾਬ ਨਾਲ ਦੇਵਾਂਗੇ। ਮੁਲਕ ਇਸ ਗੱਲ ਦੇ ਉੱਤੇ ਯਕੀਨ ਨਹੀਂ ਕਰਦੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ ਇਹ ਤਾਂ ਜੱਗ ਜ਼ਾਹਰ ਹੋ ਚੁੱਕਾ ਹੈ ਕਿ ਇੱਥੇ ਪਾਰਸ਼ਲਿਟੀ ਜਿਹੜੀ ਉਹ ਕੀਤੀ ਜਾ ਰਹੀ ਹੈ ਭਾਜਪਾ ਰਾਜਾਂ ਨੂੰ। ਉਹਦੇ ਵਾਸਤੇ ਕੁਛ ਹੋਰ ਮਾਪਦੰਡ ਨੇ, ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਮਾਪਦੰਡ ਹੋਰ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ, ਉਹ ਹਰ ਰੋਜ਼ ਕੋਈ ਨਾ ਕੋਈ ਨਵੀਆਂ ਹਦਾਇਤਾਂ ਬਦਲ ਰਹੀ ਹੈ ਦੁਕਾਨਦਾਰਾਂ ਲਈ। ਦੇਖੋ ਜਦੋਂ ਸਰਕਾਰ ਜਿਹੜੀ ਆ ਉਹ ਘਰ ਤੋਂ ਬਹਿ ਕੇ ਚਲਾਉਣੀ ਆ, ਬਾਹਰ ਨਿਕਲਣਾ ਨਹੀਂ, ਜਿਹੜੇ ਮੰਤਰੀ ਨੇ ਉਹ ਕਿਉਂ ਬਾਹਰ ਨਿਕਲਣਗੇ ਜਦੋਂ ਮੁੱਖ ਮੰਤਰੀ ਨਹੀਂ ਨਿਕਲ ਰਹੇ। ਜੇ ਮੁੱਖ ਮੰਤਰੀ ਨਿਕਲਣ ਉਹ ਦੇਖਣ ਕਿ ਕਿਸ ਤਰੀਕੇ ਦੇ ਨਾਲ ਚੱਲ ਰਿਹਾ। ਮੁੱਖ ਮੰਤਰੀ ਸਾਹਿਬ ਤਾਂ ਪੰਜਾਬ ਹੀ ਨਹੀਂ ਆਏ, ਉਹ 4 ਜਾਂ 5 ਵਾਰੀ ਪੰਜਾਬ ਆਏ, ਉਹ ਆਪਣੇ ਬਾਹਰਲੇ ਘਰ ਦੇ ਵਿੱਚ ਹੀ ਰਹਿੰਦੇ, ਉੱਥੋਂ ਹੀ ਵੀਡੀਓ ਦੇ ਰਾਹੀਂ ਚਲਾਉਂਦੇ ਆ। ਕਮਾਲ ਇਹ ਹੋਈ ਪਈ ਆ ਕਿ ਜਿਹੜੀਆਂ ਇਹ ਹਦਾਇਤਾਂ ਨੇ ਉਹਦੇ ਉੱਤੇ ਹਰ 2-3 ਘੰਟਿਆਂ ਬਾਅਦ ਇੱਕ ਨਵੀਂ ਚਿੱਠੀ ਆ ਜਾਂਦੀ ਹੈ ਵੀ ਆਹ ਹਦਾਇਤਾਂ ਹੁਣ ਜਿਹੜੀਆਂ ਉਹ ਲਾਗੂ ਹੋਣ। ਅਜੇ ਉਹਦੇ ਢੰਡੋਰਾ ਪਿੱਟਿਆ ਹੀ ਜਾ ਰਿਹਾ ਹੁੰਦਾ ਤੇ ਦੂਸਰੀ ਹਦਾਇਤਾਂ ਜਿਹੜੀਆਂ ਉਹ ਆਉਣ ਲੱਗ ਜਾਂਦੀਆਂ। ਪਹਿਲਾਂ ਜਿਹੜੀਆਂ ਸੀਗੀਆਂ, ਮਤਲਬ ਕਿ ਏਦਾਂ ਦੀ ਹਾਲਾਤ ਬਣੇ ਪਏ ਆ ਵੀ ਸਰਕਾਰ ਇਹ ਕਹਿੰਦੀ ਆ ਕਿ ਸ਼ੁੱਕਰਵਾਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਸੋਮਵਾਰ ਸਵੇਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਤੱਕ ਬਹੁਤੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਕਿਹੋ ਜਿਹੀਆਂ ਹਦਾਇਤਾਂ ਨੇ ਇਹ ਸਮਝ ਤੋਂ ਪਰੇ ਆ। ਜਾਂ ਤਾਂ ਤੁਸੀਂ ਲੋਕਡਾਊਨ ਲਾ ਦਿਓ, ਲੋਕਡਾਊਨ ਲਾ ਕੇ ਕੰਪਲੀਟ ਬੰਦ ਕਰ ਦਿਓ। ਲੋਕਡਾਊਨ ਸਰਕਾਰ ਇਸ ਕਰਕੇ ਨਹੀਂ ਲਾਉਣਾ ਚਾਹੁੰਦੀ ਕਿ ਲੋਕਡਾਊਨ ਦੇ ਵਿੱਚ ਫਿਰ ਉਹ ਠੇਕੇ ਕਿਵੇਂ ਖੋਲੂਗੀ। ਉਹ ਠੇਕੇ ਖੁੱਲੇ ਰੱਖਣਾ ਚਾਹੁੰਦੀ ਹੈ ਕਿਸੇ ਤਰੀਕੇ ਨਾਲ ਵੀ ਉੱਥੋਂ ਕਮਾਈ ਉਹਨਾਂ ਦੀ ਜਿਹੜੀ ਉਹ ਆਉਂਦੀ ਰਹੇ। ਇਹ ਵੀ ਪਹਿਲੀ ਵਾਰੀ ਪਤਾ ਲੱਗ ਰਿਹਾ ਲੋਕਾਂ ਨੂੰ ਵੀ ਜ਼ਰੂਰੀ ਵਸਤਾਂ ਦੇ ਵਿੱਚ ਠੇਕੇ ਸ਼ਾਮਲ ਨੇ। ਉਹ ਨਾਲ ਦੀ ਨਾਲ ਹਦਾਇਤਾਂ ਦੇ ਵਿੱਚ ਠੇਕਿਆਂ ਦੀ ਗੱਲ ਪਹਿਲਾਂ ਕਰਦੀ ਹੈ ਵੀ ਠੇਕੇ ਜਿਹੜੇ ਉਹ ਖੁੱਲਣਗੇ। ਹੁਣ ਇਹ ਜ਼ਰੂਰੀ ਵਸਤਾਂ ਜਿਹੜੀਆਂ ਨੇ
ਉਹਦੇ ਵਾਸਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਦੇ 5 ਵਜੇ ਤੱਕ ਖੋਲਣ ਦੀ ਇਜਾਜ਼ਤ ਦਿੱਤੀ ਹੈ, ਜਦੋਂ ਕਿ ਹਫਤਾਵਾਰੀ ਲੋਕਡਾਊਨ ਦੇ ਦੌਰਾਨ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਹੁਣ ਜਿਹੜੀ ਕੁਛ ਛੋਟ ਹੈ ਉਹ ਦਿੱਤੀ ਗਈ ਹੈ, ਇਹ ਛੋਟ ਜਿਹੜਾ ਸਨਅਤੀ ਸਮਾਨ, ਹਾਰਡਵੇਅਰ ਦਾ ਸਮਾਨ, ਟੂਲ, ਮੋਟਰ ਪਾਈਪਾਂ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ। ਖਾਦਾਂ, ਬੀਜ, ਪੈਸਟੀਸਾਈਡ, ਖੇਤੀ ਮਸ਼ੀਨਰੀ, ਬਾਗਬਾਨੀ, ਸੰਦ, ਉਹਨਾਂ ਨੂੰ ਛੋਟ ਦਿੱਤੀ। ਕਿਉਂ ਦਿੱਤੀ ਗਈ? ਕਿਉਂਕਿ ਠੇਕਿਆਂ ਨੂੰ ਛੋਟ ਦੇਣੀ ਸੀ, ਨਹੀਂ ਤਾਂ ਠੇਕੇ ਨਹੀਂ ਸੀ ਫਿਰ ਉਹਦੇ ਵਿੱਚ ਆਉਂਦੇ। ਠੇਕਿਆਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ। ਜਿਹੜੇ ਛੋਟੇ ਦੁਕਾਨਦਾਰ ਹੈ ਉਹ ਵੱਖ ਵੱਖ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਉੱਤੇ ਆ ਰਹੇ ਆ, ਉਹ ਕਹਿੰਦੇ ਆ ਸਾਨੂੰ ਇਹ ਦੱਸੋ ਕਿ ਇਹ ਗੈਰ ਜ਼ਰੂਰੀ ਦੁਕਾਨਾਂ ਕੀ ਹੁੰਦੀਆਂ ਨੇ, ਜ਼ਰੂਰੀ ਕੁਛ ਹੁੰਦੀਆਂ ਨੇ, ਗੈਰ ਜ਼ਰੂਰੀ ਕੀ ਹੁੰਦੀਆਂ ਨੇ। ਉਹ ਇਹ ਵੀ ਕਹਿ ਰਹੇ ਆ, ਫਿਰ ਇਹ ਵੀ ਡਿਕਲੇਅਰ ਕਰ ਦਿਓ ਕਿ ਸਾਡੀਆਂ ਵੋਟਾਂ ਵੀ ਗੈਰ ਜ਼ਰੂਰੀ ਨੇ, ਇਹਨਾਂ ਵੋਟਾਂ ਦੀ ਜ਼ਰੂਰਤ ਜਿਹੜੀ ਉਹ ਨਹੀਂ ਹੈਗੀ। ਇਹਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਅੰਦਰ, ਖਾਸ ਤੌਰ ਦੇ ਉੱਤੇ ਛੋਟੇ ਦੁਕਾਨਦਾਰਾਂ ਦੇ ਅੰਦਰ ਰੋਲ ਕੰਟੀਨਿਊ ਭਖਦਾ ਤੁਰਿਆ ਜਾ ਰਿਹਾ। ਬਠਿੰਡਾ, ਸਮਾਣਾ, ਜਲੰਧਰ, ਲੁਧਿਆਣਾ, ਬਰਨਾਲਾ, ਸਾਰੇ ਜਗ੍ਹਾ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਆ ਉਹ ਇਹ ਛੋਟੇ ਦੁਕਾਨਦਾਰ ਕਰ ਰਹੇ ਆ। ਮਾਨਸਾ ਦੇ ਅੰਦਰ ਸਬਜ਼ੀ ਵੇਚਣ ਵਾਲੀਆਂ ਰੇਹੜੀਆਂ ਉਹਨਾਂ ਦੇ ਜ਼ਬਤ ਕਰਨ ਦੇ ਉੱਤੇ, ਚਲਾਨ ਕੱਟਣ ਦੇ ਕਰਕੇ ਇੱਥੇ ਵੱਡਾ ਘਰਾਓ ਜਿਹੜਾ ਉਹ ਕੀਤਾ ਜਾ ਰਿਹਾ। ਇਹ ਕਿਹਾ ਕਿ ਜਿਹੜੇ ਹੈਗੇ ਨੇ ਇੱਥੇ ਪੋਲੀਟੀਸ਼ੀਅਨ ਉਹ ਚਾਰ ਚਾਰ ਪੰਜ ਪੰਜ ਪੈਨਸ਼ਨਾਂ ਲਈ ਜਾਂਦੇ ਆ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ਸਣੇ ਉਹ ਆਪਣੀਆਂ ਪੈਨਸ਼ਨਾਂ ਛੱਡਣ, ਤਨਖਾਹਾਂ ਛੱਡਣ, ਔਰ ਉਹ ਜਿਹੜੇ ਭੱਤੇ ਲੈਂਦੇ ਆ ਉਹ ਛੱਡਣ। ਰੇਹੜੀਆਂ ਵਾਲਿਆਂ ਦੇ ਉੱਤੇ ਡਾਂਗ ਕਿਉਂ ਇਹਨਾਂ ਦੀ ਸਾਰਿਆਂ ਦੀ ਜਿਹੜੀ ਆ ਉਹ ਚੱਲ ਰਹੀ ਹੈ? ਇਹਨੂੰ ਲੈ ਕੇ ਰੋਜ਼ ਜਿਹੜਾ ਪੰਜਾਬ ਦੇ ਵਿੱਚ ਡੇ ਬਾਈ ਡੇ ਇੱਕ ਸ਼ਹਿਰ ਤੋਂ ਹੁੰਦਾ ਦੂਜੇ ਤੀਜੇ ਅਗਲੇ ਤੱਕ ਭੱਖਦਾ ਤੁਰਿਆ ਜਾ ਰਿਹਾ ਹੈ। ਜੀ 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 ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਜਿਹੜਾ ਏਕਰੋਮ ਬੇਸਟਾ ਪ੍ਰੋਜੈਕਟ ਆ ਉਸ ਨੂੰ ਲੈ ਕੇ ਕੰਟਰੋਵਰਸੀ ਸ਼ੁਰੂ ਹੋਈ ਆ। ਐਕਚੁਅਲੀ ਜਿਹੜਾ ਇਹ ਸੈਂਟਰਲ ਵਿਸਟਾ ਪ੍ਰੋਜੈਕਟ ਆ, ਇਹਦੇ ਵਿੱਚ ਇੱਕ ਤਾਂ ਜਿਹੜੀ ਪਹਿਲਾਂ ਬਣ ਰਹੀ ਪਾਰਲੀਮੈਂਟ ਦੀ ਬਿਲਡਿੰਗ ਆ, ਔਰ ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਆ ਇਹਦੇ ਉੱਤੇ 20,000 ਕਰੋੜ ਰੁਪਈਆ ਜਿਹੜਾ ਉਹ ਖਰਚ ਆਉਣਾ, ਔਰ ਇਹ 20,000 ਕਰੋੜ ਰੁਪਈਏ ਦਾ ਜਿਹੜਾ ਖਰਚਾ। ਉਸ ਤੋਂ ਇਲਾਵਾ ਹੁਣ ਜਿਹੜੀ ਆ ਅਗਲੀ ਗੱਲ ਜਿਹੜੀ ਸਾਹਮਣੇ ਇਹ ਆਈ ਆ ਕਿ ਇੱਕ ਪ੍ਰਧਾਨ ਮੰਤਰੀ ਨਿਵਾਸ ਜਿਹੜਾ ਉਹ ਬਣ ਰਿਹਾ। ਪ੍ਰਧਾਨ ਮੰਤਰੀ ਨਿਵਾਸ ਜਿਹੜਾ ਬਣ ਰਿਹਾ ਉਹਦੇ ਵਿੱਚ 13,000 ਕਰੋੜ ਰੁਪਈਆ ਖਰਚਿਆ ਜਾ ਰਿਹਾ, ਔਰ ਇਹਦੀ ਮਨਜ਼ੂਰੀ ਦਿੱਤੀ ਗਈ ਆ ਇਸੇ ਪਿਛਲੇ ਮਹੀਨੇ ਦੀ 12 ਤਰੀਕ। ਇਹ ਨਵਾਂ ਪ੍ਰਧਾਨ ਮੰਤਰੀ ਨਿਵਾਸ 20 ਦਸੰਬਰ 2022 ਤੱਕ ਤਿਆਰ ਹੋਊਗਾ। ਸਵਾਲ ਇਹ ਆ ਕਿ ਜਿਹੜਾ ਪਹਿਲਾਂ ਪ੍ਰਧਾਨ ਮੰਤਰੀ ਨਿਵਾਸ ਹੈ ਉਹ ਖਸਤਾ ਹਾਲਤ ਦੇ ਵਿੱਚ ਹੈ, ਉੱਥੇ ਕਿਸੇ ਸਿਕਿਉਰਿਟੀ ਪੁਆਇੰਟ ਆਫ ਵਿਊ ਨੂੰ ਲੈ ਕੇ ਕਿਸੇ ਕਿਸਮ ਦੀ ਸਮੱਸਿਆ ਨਹੀਂ। ਦਫ਼ਤਰ ਕੰਪਲੈਕਸ ਤੇ ਕਾਨਫਰੰਸ ਸੈਂਟਰ ਵਾਲੀਆਂ 10 ਬਿਲਡਿੰਗਾਂ ਲਈ 12 ਅਪ੍ਰੈਲ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 10 ਬਿਲਡਿੰਗਾਂ ਜਿਹੜੀਆਂ ਪ੍ਰਧਾਨ ਮੰਤਰੀ ਦੀ ਰਿਹਾਇਸ਼, ਉਹਨਾਂ ਦੇ ਸੁਰੱਖਿਆ ਦਸਤਿਆਂ ਦੇ ਵਾਸਤੇ ਇੱਕ ਵੱਡੀ ਇਮਾਰਤ ਤੇ 29 ਹੋਰ ਬਿਲਡਿੰਗਾਂ ਜਿਹਦੇ ਵਿੱਚ ਉਪ ਰਾਸ਼ਟਰਪਤੀ ਦਾ ਘਰ ਵੀ ਜਿਹੜਾ ਸ਼ਾਮਿਲ ਹੈ ਇਹ ਬਣਾਈਆਂ ਜਾ ਰਹੀਆਂ ਨੇ। ਇਹਦੀ ਇਹਦੇ ਉੱਤੇ ਜਿਹੜੀ ਲਾਗਤ ਹੈ ਉਹ 13,450 ਕਰੋੜ ਰੁਪਈਏ ਆਉਣੀ ਹੈ। ਇਹ ਕੇਂਦਰੀ ਵਿਸਟਾ ਰੀਵੈਂਪ ਪ੍ਰੋਜੈਕਟ ਦਾ ਇੱਕ ਹਿੱਸਾ ਜਿਹੜਾ 2022 ਤੱਕ ਜਿਹੜਾ ਉਹ ਤਿਆਰ ਹੋਣਾ। ਇਹਦੇ ਵਾਸਤੇ ਕਿਹੜੀ ਇੰਨੀ ਜ਼ਰੂਰਤ ਪੈ ਗਈ ਸੀਗੀ, ਇਹ ਵੱਡੇ ਜਿਹੜੇ ਉਹ ਸਵਾਲ ਖੜੇ ਹੋ ਰਹੇ ਨੇ। ਇਹਦੇ ਵਿੱਚ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਸਥਿਤ ਜਿਹੜੀਆਂ 3 ਇਮਾਰਤਾਂ ਨੇ 2023 ਦੇ ਵਿੱਚ ਪੂਰਾ ਹੋਣ ਦੀ ਇਹਨਾਂ ਦੀ ਸੰਭਾਵਨਾ ਹੈ। 2022 ਤੱਕ ਵਿਨਕਲੇਵ, ਦਸੰਬਰ 2022 ਤੱਕ SPG, ਔਰ ਮਾਰਚ 2024 ਤੇ ਜੂਨ 2025 ਦੇ ਵਿਚਕਾਰ 7 ਹੋਰ ਜਿਹੜੀਆਂ ਬਿਲਡਿੰਗਾਂ ਨੇ ਉਹ ਬਣ ਕੇ ਤਿਆਰ ਹੋਣਗੀਆਂ। ਪੂਰਾ ਕੰਪਲੈਕਸ ਦਸੰਬਰ 2026 ਤੱਕ ਕੇਂਦਰੀ ਕਾਨਫਰੰਸ ਕੇਂਦਰ ਜਿਹੜਾ ਉਹ ਬਣੂਗਾ। ਇਹਦੇ ਵਿੱਚ ਜਦੋਂ ਇਸ ਵੇਲੇ ਇੰਨੀ ਆਕਸੀਜਨ ਦੀ ਥੁੜ ਦੇ ਨਾਲ ਜੂਝ ਰਹੇ ਆ ਲੋਕ, ਇੱਥੇ ਰੁੱਖ ਵੱਢੇ ਜਾ ਰਹੇ ਆ। 4,642 ਰੁੱਖ ਨੇ ਇਹਦੇ ਵਿੱਚ, 1,412 ਨੂੰ ਬਰਕਰਾਰ ਰੱਖਿਆ ਜਾਊਗਾ, 3,230 ਜਿਹੜੇ ਨੇ ਉਹ ਟਰਾਂਸਪਲਾਂਟ ਕੀਤੇ ਜਾਣਗੇ। ਵਿਸਟਾ ਖੇਤਰ ਦੇ ਵਿੱਚ ਦਰਖਤਾਂ ਦੇ ਮੁਆਵਜ਼ਾ ਦੇਣ ਦੀ ਜਗ੍ਹਾ ਦੇ ਉੱਤੇ ਰਾਜਪਥ ਖੇਤਰ ਦੇ ਨਾਲ ਨਾਲ ਨਵੀਆਂ ਬਿਲਡਿੰਗਾਂ ਦੀ ਦੁਬਾਰਾ ਆਬਾਦੀ ਕੀਤੀ ਜਾਊਗੀ। ਪ੍ਰਵਾਨਗੀ ਦੇ ਕਰਕੇ 30,547 ਰੁੱਖਾਂ ਨੂੰ ਖੇਤਰ ਦੇ ਬਾਹਰ ਮੁਆਵਜ਼ੇ ਵਜੋਂ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਗਈ ਆ। ਹਾਲਾਂਕਿ ਇਹ ਕਲੀਅਰ ਨਹੀਂ ਹੈ ਕਿ ਕੀਤੇ ਜਾਣਗੇ ਤਬਦੀਲ ਜਾਂ ਨਹੀਂ, ਬਹੁਤੇ ਇਹਦੇ ਵਿੱਚੋਂ ਵੱਢ ਦਿੱਤੇ ਜਾਣਗੇ। ਚਲੋ ਰੁੱਖਾਂ ਵਾਲੀ ਗੱਲ ਬਾਅਦ 'ਚ ਹੈ, ਹਾਲਾਂਕਿ ਉਹ ਇਸ ਕਰਕੇ ਅਹਿਮ ਹੈ ਕਿ ਰੁੱਖ ਆਕਸੀਜਨ ਦਿੰਦੇ ਆ। ਇਹ ਨਹੀਂ ਹੈਗਾ ਕਿ ਉੱਥੋਂ ਤੁਸੀਂ ਆਕਸੀਜਨ ਦੇ ਕੋਈ ਸਿਲੰਡਰ ਭਰ ਰਹੇ ਆ, ਪਰ ਜਿੱਥੇ ਕੰਸਟਰਕਸ਼ਨ ਹੋ ਰਹੀ ਹੈ, ਜਿਹੜੀ ਕੰਸਟਰਕਸ਼ਨ ਹੈ
ਉਹ ਲਗਾਤਾਰ ਜਾਰੀ ਹੈ। ਔਰ ਇਹ ਘੱਟਾ ਮਿੱਟੀ ਜਿਹੜਾ ਉੱਡਦਾ ਹੈ, ਜਿਹੜੇ ਲੋਕਾਂ ਨੂੰ ਸਾਹ ਦੀ ਤਕਲੀਫ ਹੈ, ਜਿਹੜਾ ਇਹ ਕਰੋਨਾ ਹੈ, ਇਹ ਸਾਹ ਦੀ ਬਿਮਾਰੀ ਦੇ ਨਾਲ ਹੀ ਤਾਂ ਜੁੜਿਆ ਹੋਇਆ, ਛਾਤੀ ਰੋਗਾਂ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਉਹਨਾਂ ਨੂੰ ਤਕਲੀਫ ਜਿਹੜੀ ਆ ਉਹ ਹੋ ਰਹੀ ਹੈ। 13,000 ਕਰੋੜ ਰੁਪਈਏ ਦੀ ਇਹ ਪ੍ਰਵਾਨਗੀ ਜਿਹੜੀ ਉਸ ਵੇਲੇ ਦੇਣ ਦੀ ਕੀ ਲੋੜ ਸੀ, ਜਦੋਂ ਲੋਕਾਂ ਦੇ ਕੋਲੇ ਸਿਲੰਡਰ ਹੈ ਨਹੀਂ, ਲੋਕਾਂ ਦੇ ਕੋਲੇ ਜਿਹੜੇ ਇੱਥੇ ਵੈਂਟੀਲੇਟਰ ਹੈ ਨਹੀਂ ਗੇ, ਲੋਕਾਂ ਦੇ ਕੋਲੇ ਦਵਾਈਆਂ ਹੈ ਨਹੀਂ ਗੀਆਂ, ਹੋਰ ਤੇ ਹੋਰ ਛੱਡੋ ਤੁਸੀਂ, ਲੋਕਾਂ ਦੇ ਕੋਲੇ ਸ਼ਮਸ਼ਾਨ ਘਾਟ ਜਿੱਥੇ ਕਿ ਥਾਂ ਨਹੀਂ ਮਿਲ ਰਹੀ, ਉਹ ਨਹੀਂ ਇਸ ਵੇਲੇ ਹੈਗੇ। ਉੱਥੇ ਜਿਹੜੇ ਕੇਂਦਰ ਦੀ ਸਰਕਾਰ ਹੈ, ਉਹ ਇਸ ਮਾਮਲੇ ਦੇ ਵਿੱਚ ਆਪਣਾ ਨਾਮ ਸੋ ਕਾਲਡ ਇਤਿਹਾਸ ਦੇ ਵਿੱਚ ਲਿਖਾਉਣ ਦੇ ਵਾਸਤੇ ਇਹ ਸਾਰੇ ਫੈਸਲੇ ਜਿਹੜੇ ਜੀ ਉਹ ਲੈ ਰਹੀ ਆ। ਲੋਕਾਂ ਦਾ ਇਹ ਪੈਸਾ, 20,000 ਕਰੋੜ ਰੁਪਈਆ ਇੱਕ, 13,000 ਕਰੋੜ ਰੁਪਈਆ ਇੱਕ। ਜੀ, ਲੋਕ ਕਦ ਜਾਗਣਗੇ ਇਹਦੇ ਲਈ? ਤੇ ਅੱਗੇ ਮੋਤੀ ਮਹਿਲ ਦੀ ਗੱਲ ਕੀਤੀ ਆਪਾਂ ਪਹਿਲਾਂ ਵੀ, ਕਿ ਉਸ ਨੂੰ ਘੇਰ ਕੇ ਬੈਠੇ ਨੇ ਕਿਸਾਨ, ਤੇ ਕੱਲ ਗੱਲਬਾਤ ਉਹ ਲੋਕਾਂ ਦੇ ਨਾਲ ਕਰਨੀ ਸੀਗੀ। ਆ ਹੋਰ ਲੋਕ ਵੀ ਬਹੁਤ ਬੈਠੇ ਆ, ਕਿਉਂਕਿ ਮੋਤੀ ਮਹਿਲ ਵਾਲੇ ਤਾਂ ਗੱਲਬਾਤ ਹੀ ਨਹੀਂ ਕਰਦੇ, ਉਹਨੇ ਕੱਲ ਵੀ ਗੱਲਬਾਤ ਨਹੀਂ ਕੀਤੀ। ਦੇਖੋ, ਇਹਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਸੀਗੀ, ਔਰ ਕਮੇਟੀ ਜਿਹੜੀ ਸੀਗੀ ਉਹਨੇ ਸਰਕਟ ਹਾਊਸ ਦੇ ਵਿੱਚ ਸੱਦਿਆ ਸੀਗਾ। ਦਿੱਲੀ ਕਟੜਾ ਐਕਸਪ੍ਰੈਸਵੇ ਤੇ ਜਾਮਨਗਰ ਅੰਮ੍ਰਿਤਸਰ ਐਕਸਪ੍ਰੈਸਵੇ ਜਿਹੜੇ ਨਿਕਲਣੇ ਆ, ਇਹਨਾਂ ਦੇ ਵਾਸਤੇ ਜ਼ਮੀਨਾਂ ਘੱਟ ਕੀਮਤਾਂ ਦੇ ਉੱਤੇ ਅਕਵਾਇਰ ਕਰਨ ਦੇ ਮਸਲੇ ਦੇ ਉੱਤੇ ਇਹ ਤਕਰੀਬਨ 1.5 ਮਹੀਨੇ ਤੋਂ ਧਰਨਾ ਲਾ ਕੇ ਬੈਠੇ ਜਿਹੜੇ ਕਿਸਾਨ ਸੀ, ਉਹਨਾਂ ਨੇ ਮੋਤੀ ਮਹਿਲ ਘੇਰ ਲਿਆ ਸੀਗਾ ਪਿਛਲੇ ਦਿਨੀ ਮੁਕੰਮਲ। ਜਦੋਂ ਇਹ ਮਿੱਥੇ ਸਮੇਂ ਦੇ ਉੱਤੇ ਸਰਕਟ ਹਾਊਸ ਗਏ ਆ, ਤੇ ਸਰਕਟ ਹਾਊਸ ਨੂੰ ਜੰਦਰਾ ਲੱਗਿਆ ਹੋਇਆ ਸੀ, ਔਰ ਉਹਦੇ ਤੋਂ ਕਿਸਾਨ ਭੜਕ ਗਏ, ਔਰ ਉਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਟਰੈਕਟਰਾਂ ਦੇ ਨਾਲ ਜਿਹੜਾ ਜੀ ਸਰਕਟ ਹਾਊਸ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉੱਥੇ ਕਿਸਾਨਾਂ ਨੂੰ ਜਿਹੜਾ ਪੁਲਿਸ ਨੇ ਰੋਕ ਦਿੱਤਾ, ਔਰ ਉਹਨਾਂ ਨੇ ਇਹ ਕਿਹਾ ਕਿ ਇੱਕ ਜਿਹਨਾਂ ਨੇ ਗੱਲਬਾਤ ਕਰਨੀ, ਇੱਕ ਨੂੰ ਜਿਹੜਾ ਉਹ ਕੋਰੋਨਾ ਵਾਇਰਸ ਹੋ ਗਿਆ, ਜਿਹਦੇ ਕਰਕੇ ਇਹ ਮੀਟਿੰਗ ਜਿਹੜੀ ਆ ਉਹ ਕੈਂਸਲ ਕਰਨੀ ਪਈ। ਇਹ ਇੱਕ ਵੱਡਾ ਬਹਾਨਾ ਜਿਹੜਾ ਉਹ ਸਰਕਾਰਾਂ ਨੂੰ ਮਿਲ ਰਿਹਾ ਕੋਰੋਨਾ ਵਾਇਰਸ ਦਾ। ਜਿਹਨੇ ਮੀਟਿੰਗ ਕਰਨੀ ਹੁੰਦੀ ਆ ਉਹ ਚੁੱਪ ਕਰਕੇ ਇਹ ਕਹਿੰਦਾ ਜੀ ਮੈਨੂੰ ਤਾਂ ਕੋਰੋਨਾ ਵਾਇਰਸ ਹੋ ਗਿਆ ਤੇ ਮੈਂ ਆਪਣੇ ਆਪ ਨੂੰ ਆਈਸੋਲੇਟ ਜਿਹੜਾ ਉਹ ਕਰ ਲਿਆ। ਜੇ ਇੱਕ ਜਾਣੇ ਨੂੰ ਕੋਰੋਨਾ ਵਾਇਰਸ ਹੋ ਗਿਆ ਸੀਗਾ ਤੇ ਬਾਕੀ ਆ ਕੇ ਮੀਟਿੰਗ ਕਰ ਸਕਦੇ ਸੀਗੇ? ਇਹ ਤਾਂ ਇਹ ਆ ਗੱਲ ਕਿ ਕਿਸਾਨਾਂ ਦੀ ਗੱਲ ਨਹੀਂ ਜਿਹੜੀ ਉਹ ਸੁਣ, ਜਦੋਂ ਕਿ ਜਿਹੜੇ ਦਿੱਲੀ ਬੈਠੇ ਆ ਉਹਨਾਂ ਦੇ ਵਾਸਤੇ ਪੰਜਾਬ ਦੀ ਸਰਕਾਰ ਇਹ ਕਹਿੰਦੀ ਆ ਅਸੀਂ ਤਾਂ ਉਹਨਾਂ ਦੇ ਨਾਲ, ਅਸੀਂ ਤਾਂ ਉਹਨਾਂ ਦੀ ਪਿੱਠ ਤੇ ਖੜੇ ਆ, ਤੇ ਆਪ ਮੁੱਖ ਮੰਤਰੀ ਦਾ ਜਿਹੜਾ ਪੁਰਾਣਾ ਘਰ ਆ ਉਹ ਘੇਰ ਕੇ ਬੈਠੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇਹ ਵੀ ਪਤਾ ਲੱਗਿਆ ਕਿ ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਤੇ SSP ਜਿਹੜੇ ਨੇ ਉਹਨਾਂ ਨੂੰ ਆਉਣਾ ਪਿਆ ਗੱਲਬਾਤ ਸੁਣਨ ਦੇ ਵਾਸਤੇ। ਉਹਨਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੋਈ, ਉਹ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜਾ ਮੁੱਖ ਮੰਤਰੀ ਨਿਵਾਸ ਦੇ ਪਿਛਲੇ ਪਾਸੇ ਧਰਨਾ ਦਿੱਤਾ ਜਾ ਰਿਹਾ ਸੀ ਉਹ ਚੁੱਕ ਲਿਆ, ਬਾਕੀ ਜਿਹੜਾ ਧਰਨਾ ਅਜੇ ਜਾਰੀ ਰਹੂਗਾ ਜਦੋਂ ਤੱਕ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗਦੀ। ਜੀ, ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਸਾਰੀ ਦੀ ਸਾਰੀ ਕਣਕ ਆ ਉਹ ਵੇਚ ਦਿੱਤੀ, ਮੰਡੀਆਂ 'ਚ ਸੁੱਟ ਦਿੱਤੀ, ਪਰ ਆਪਣੇ ਆਪ ਲਈ ਵੀ ਭੰਡਾਰ ਨਹੀਂ ਕੀਤੀ, ਆਪਣੇ ਆਪ ਜਿਹੜੇ ਘਰਾਂ ਦੇ ਵਾਸਤੇ ਰੱਖ ਕੇ ਬਾਕੀ ਕਣਕ ਵੇਚ ਦਿੱਤੀ ਆ। ਅਕਸਰ ਜਿਹੜੇ ਕਿਸਾਨ ਨੇ ਉਹ ਭੰਡਾਰ ਕਰਦੇ ਆ ਕਣਕ ਦਾ, ਕੁਛ ਉਹ ਇਸ ਕਰਕੇ ਕਰਦੇ ਆ ਕਿ ਉਹ ਅੱਗੇ ਜਾ ਕੇ ਜਿਹੜੇ ਮਹੀਨਿਆਂ ਦੇ ਵਿੱਚ ਤਕਰੀਬਨ ਨਵੰਬਰ ਦਸੰਬਰ ਦੇ ਵਿੱਚ ਉਹ ਵੇਚਦੇ ਆ ਇਸ ਕਣਕ ਨੂੰ, ਕਿਉਂਕਿ ਉਦੋਂ ਕਣਕ ਦਾ ਜ਼ਿਆਦਾ ਰੇਟ ਮਿਲ ਜਾਂਦਾ ਸਿਆਲਾਂ ਦੇ ਵਿੱਚ। ਕਿਸਾਨ ਡਰ ਗਏ ਇਸ ਗੱਲ ਤੋਂ, ਖੇਤੀ ਕਾਨੂੰਨਾਂ ਦੇ ਕਰਕੇ ਡਰੇ ਹੋਏ ਆ ਕਿ ਇਹ ਨਹੀਂ ਪਤਾ ਕਿ ਖੇਤੀ ਕਾਨੂੰਨਾਂ ਦੀ ਵਜ੍ਹਾ ਕਰਕੇ ਕਣਕ ਅੱਗੋਂ ਵਿਕ ਸਕੂਗੀ ਜਾਂ ਨਹੀਂ, ਜਿਹਦੇ ਕਰਕੇ ਉਹਨਾਂ ਨੇ ਜਿੰਨੀ ਕਣਕ ਸੀਗੀ ਉਹ ਲਿਆ ਕੇ ਮੰਡੀਆਂ ਦੇ ਵਿੱਚ ਐਤਕੀ ਸੁੱਟ ਦਿੱਤੀ ਆ। ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਰਕਬੇ ਦੇ ਵਿੱਚੋਂ 130 ਲੱਖ ਮੀਟਰਕ ਟਨ ਫਸਲ ਦਾ ਮੰਡੀਆਂ ਦੇ ਵਿੱਚ ਅਨੁਮਾਨ ਸੀਗਾ, ਪਰ ਝਾੜ ਘਟਣ ਕਰਕੇ ਕਟੌਤੀ ਦੀ ਸੰਭਾਵਨਾ ਸੀ। ਇਸ ਤਰ੍ਹਾਂ ਦੀ ਸਥਿਤੀ ਬਣੀ ਆ ਕਿ ਮੰਡੀਆਂ ਦੇ ਵਿੱਚ ਹੁਣ ਤੱਕ 120 ਲੱਖ ਮੀਟਰਕ ਟਨ ਜਿਹੜੀ ਕਣਕ ਹੈ ਉਹਦੀ ਆਮਦ ਦੀ ਆਸ ਹੈ। ਖੇਤੀ ਮਹਿਕਮੇ ਦੇ ਵੱਲੋਂ ਕਣਕ ਦੇ ਝਾੜ ਦੀ ਜਿਹੜੀ ਸਮੀਖਿਆ ਉਹਦੇ ਅਨੁਸਾਰ ਪੰਜਾਬ ਦਾ ਪਰ ਏਕੜ ਝਾੜ ਜਿਹੜਾ ਉਹ 48.97 ਕੁਇੰਟਲ ਆਇਆ, ਜਿਹੜਾ ਕਿ ਪਿਛਲੇ ਵਰੇ 50.7 ਜਿਹੜਾ ਵਣ ਹੈ ਉਹ ਪ੍ਰਤੀ ਏਕੜ ਸੀਗਾ। ਖੇਤੀ ਮਹਿਕਮਾ ਪਰ ਏਕੜ ਪਿੱਛੇ 1.25 ਮਣ ਝਾੜ ਦੀ ਕਟੌਤੀ ਦੱਸ ਰਿਹਾ, ਜਦੋਂ ਕਿ ਕਿਸਾਨ 5 ਤੋਂ 8 ਮਣ ਪਰ ਏਕੜ ਝਾੜ ਘੱਟ ਦੱਸ ਰਹੇ ਆ। ਇਸ ਲਿਹਾਜ਼ ਦੇ ਮੁਤਾਬਕ ਪੰਜਾਬ ਦੇ ਵਿੱਚ ਇਸ ਵਾਰੀ 171 ਲੱਖ ਮੀਟਰਕ ਟਨ ਪੈਦਾਵਾਰ ਹੋਊਗੀ, ਜਿਹੜੀ ਕਿ ਪਿਛਲੇ ਵਰੇ 170 ਲੱਖ ਮੀਟਰਕ ਟਨ ਸੀਗੀ। 6 ਲੱਖ ਮੀਟਰਕ ਟਨ ਜਿਹੜਾ ਝਾੜ ਹੈ
ਉਹ ਘਟਣ ਦਾ ਸਰਕਾਰੀ ਅਨੁਮਾਨ ਹੈ, ਜਿਹਦੇ ਨਾਲ ਕਿਸਾਨਾਂ ਨੂੰ ਸਿੱਧੇ ਤੌਰ ਦੇ ਉੱਤੇ 1,155 ਕਰੋੜ ਰੁਪਈਏ ਨੁਕਸਾਨ ਜਿਹੜਾ ਉਹ ਝੱਲਣਾ ਪਿਆ, ਔਰ ਸਰਕਾਰ ਨੂੰ ਟੈਕਸਾਂ ਦੇ ਰੂਪ ਦੇ ਵਿੱਚ ਕਰੀਬ 40 ਕਰੋੜ ਦਾ ਇੱਥੇ ਨੁਕਸਾਨ ਹੋਊਗਾ। ਹੁਣ ਇਹਨਾਂ ਕਿਸਾਨਾਂ ਨੇ ਡਰਦਿਆਂ ਨੇ ਸਾਰੀ ਫਸਲ ਜਿਹੜੀ ਆ ਉਹ ਲਿਆ ਕੇ ਮੰਡੀਆਂ ਦੇ ਵਿੱਚ ਸੁੱਟੀ। ਇੱਕ ਡਰ ਇਹ ਵੀ ਹੈ ਕਿ ਹਰਿਆਣਾ ਦੇ ਵਿੱਚ ਮੰਡੀਆਂ ਬੰਦ ਹੋਣ ਕਰਕੇ ਪੰਜਾਬ ਨੂੰ, ਹਰਿਆਣੇ ਦੀ ਕਣਕ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਉਣ ਦਾ ਡਰ ਬਣ ਗਿਆ। ਹਰਿਆਣੇ ਦੇ 8 ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੀ ਖਰੀਦ ਕੇਂਦਰ ਬੰਦ ਹੋ ਗਏ, ਔਰ ਪੰਜਾਬ ਮੰਡੀ ਬੋਰਡ ਨੇ ਆਰਜ਼ੀ ਮੰਡੀਆਂ ਪਹਿਲਾਂ ਬੰਦ ਕਰਤੀਆਂ, ਜਦੋਂ ਕਿ ਬਾਕੀ ਨਾਮਾਤਰ ਖਰੀਦ ਵਾਲੀਆਂ ਮੰਡੀਆਂ 10 ਮਈ ਤੱਕ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ, ਜਿਹਦਾ ਕਿਸਾਨ ਧਿਰਾਂ ਨੇ ਵਿਰੋਧ ਵੀ ਕੀਤਾ। ਇਹ ਡਰ ਦੀ ਵਜ੍ਹਾ ਕਰਕੇ ਹੋਇਆ ਜਿਹੜਾ ਸਾਰਾ ਕੁਛ। ਜੇ ਕਿਸੇ ਪਾਸੇ ਜਿਹੜੀ ਗੱਲਬਾਤ ਆ ਨਹੀਂ ਲੱਗਦੀ ਕਿਸਾਨਾਂ ਦੀ, ਤੇ ਸਵਾਲ ਇਹ ਹੋਣਾ ਕਿ ਅਗਲੇ ਵਰੇ ਜਦੋਂ ਕਣਕ ਬੀਜੀ ਜਾਣੀ ਆ, ਉਹ ਬੀਜਣ ਤੋਂ ਪਹਿਲਾਂ ਕਿਸਾਨ ਕਿਸ ਕਿਸਮ ਦਾ ਫੈਸਲਾ ਲੈਣਗੇ, ਇਹ ਸਭ ਤੋਂ ਅਹਿਮ। ਜੀ, ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਹਰਿਆਣੇ ਦੀ। ਉੱਥੇ ਲੋਕਡਾਊਨ ਦੇ ਬਾਵਜੂਦ ਵੀ ਕਿਸਾਨ ਧਰਨਿਆਂ ਦੇ ਵਿੱਚ ਉਸੇ ਤਰ੍ਹਾਂ ਬੈਠੇ ਆ। ਕੁਝ ਹਰਿਆਣੇ ਦੇ ਵਿੱਚ ਮੁਕੰਮਲ ਲੋਕਡਾਊਨ ਹੈ ਇਸ ਵੇਲੇ, ਔਰ ਉਹਦੇ ਬਾਵਜੂਦ ਜਿਹੜੇ ਪੱਕੇ ਮੋਰਚੇ ਲੱਗੇ ਆ ਟੋਲ ਪਲਾਜਿਆਂ ਦੇ ਉੱਤੇ, ਕਾਰਪੋਰੇਟ ਘਰਾਣਿਆਂ, ਪੈਟਰੋਲ ਪੰਪਾਂ, ਭਾਜਪਾ ਆਗੂਆਂ ਦੇ ਘਰਾਂ, ਦਫ਼ਤਰਾਂ ਦੇ ਮੂਹਰੇ ਉਹ ਜਾਰੀ ਨੇ। ਇਹਨਾਂ ਦੇ ਵਿੱਚ ਕਿਸਾਨ ਔਰਤਾਂ, ਨੌਜਵਾਨ, ਬਜ਼ੁਰਗ ਸ਼ਿਰਕਤ ਕਰ ਰਹੇ ਨੇ। ਕਿਸਾਨ ਆਗੂ ਜਿਹੜੇ ਨੇ ਉਹਨਾਂ ਨੇ ਕੋਰੋਨਾ ਦੀ ਆੜ 'ਚ ਲਾਈ ਪਾਬੰਦੀ ਦਾ ਵਿਰੋਧ ਕਰ ਰਹੇ ਨੇ। ਉਹਨਾਂ ਨੇ ਇਹ ਕਹਿ ਰਹੇ ਆ ਕਿ ਕਿਸਾਨ ਸੰਘਰਸ਼ ਜਿਹੜਾ ਉਹ ਜਾਰੀ ਰੱਖਣ। ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹ ਕਹਿੰਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਸ਼ੁਰੂ ਹੋਇਆ ਕਿਸਾਨ ਸੰਘਰਸ਼ ਜਨ ਅੰਦੋਲਨ ਬਣ ਗਿਆ, ਜਿਹਦੇ ਵਿੱਚ ਦੇਸ਼ ਭਰ ਤੋਂ ਲੋਕ ਸ਼ਾਮਲ ਹੋ ਰਹੇ ਆ, ਔਰ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਵਾਸਤੇ ਕਿਸਾਨ ਕਹਿੰਦੇ ਆ ਕਿ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ। ਔਰ ਹੁਣ ਕੋਰੋਨਾ ਵਾਇਰਸ ਦੀ ਆੜ ਦੇ ਵਿੱਚ ਲੋਕਡਾਊਨ ਕਰਕੇ ਹੋਰ ਪਾਬੰਦੀਆਂ ਲਾ ਕੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਬੰਦ ਕਰਨ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਕਿਸਾਨ ਇਹ ਕਹਿੰਦੇ ਆ ਕਿ ਪਿਛਲੇ ਵਰੇ ਵੀ ਕਿਸਾਨਾਂ ਨੇ ਕੋਰੋਨਾ ਦਾ ਸਫਲਤਾ ਦੇ ਨਾਲ ਸਾਹਮਣਾ ਕੀਤਾ ਸੀ, ਤੇ ਇਸ ਵਾਰੀ ਵੀ ਪੂਰੀ ਸਾਵਧਾਨੀ ਦੇ ਨਾਲ ਉਹ ਇਹਨੂੰ ਮਾਤ ਦੇਣਗੇ। ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ, ਕਿਉਂਕਿ ਪਹਿਲੇ ਦਿਨ ਤੋਂ ਉਹਦੀ ਕੋਸ਼ਿਸ਼ ਇਹ ਰਹੀ ਆ ਕਿ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਇਸ ਅੰਦੋਲਨ ਨੂੰ ਫੇਲ ਕੀਤਾ ਜਾਵੇ। ਮੁੱਖ ਮੰਤਰੀ ਜਿਹੜੇ ਨੇ ਮਨੋਹਰ ਲਾਲ ਖੱਟੜ, ਉਹ ਡੇ ਫਸਟ ਤੋਂ ਕਿਸਾਨਾਂ ਦੇ ਨਾਲ ਦੁਸ਼ਮਣੀ ਪਾਲ ਰਹੇ ਆ। ਇਹ ਜਿਹੜੀਆਂ ਪਾਬੰਦੀਆਂ ਲੱਗੀਆਂ ਨੇ ਇਹ ਵੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹੀ ਲੱਗੀਆਂ ਨੇ, ਕਿ ਸ਼ਾਇਦ ਇਹਨਾਂ ਪਾਬੰਦੀਆਂ ਦੇ ਨਾਲ ਕਿਸਾਨ ਜਿਹੜੇ ਆ ਉਹ ਆਪਣੇ ਘਰਾਂ ਨੂੰ ਮੁੜ ਜਾਣਗੇ। ਜਦੋਂ ਇੱਥੇ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਵਾਲਾ ਮੋਰਚਾ ਲੱਗਿਆ, ਜਦੋਂ ਕੋਰੋਨਾ ਵਾਇਰਸ ਆਇਆ ਤੇ ਸਭ ਤੋਂ ਪਹਿਲਾਂ ਉਸ ਮੋਰਚੇ ਨੂੰ ਜਬਰੀ ਉਠਾ ਦਿੱਤਾ ਗਿਆ ਸੀ। ਕੁਛ ਉਸ ਕਿਸਮ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਨ ਦੇ ਯਤਨਾਂ ਦੇ ਵਿੱਚ ਹੈ ਹਰਿਆਣੇ ਦੀ ਸਰਕਾਰ। ਪਰ ਸ਼ਾਹੀਨ ਬਾਗ ਦੇ ਵਿੱਚ ਬੈਠੇ ਲੋਕ ਹੋਰ ਸਨ, ਇਹਨਾਂ ਮੋਰਚਿਆਂ ਦੇ ਉੱਤੇ ਬੈਠੇ ਲੋਕ ਜਿਹੜੇ ਦੀ ਉਹ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਆ। ਹੁਣ ਇਹ ਨਹੀਂ ਪਤਾ ਕਿ ਸਰਕਾਰਾਂ ਦੀ ਇਹ ਸਖਤੀ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਆ, ਔਰ ਕਿਸਾਨ ਇਸ ਸਖਤੀ ਨੂੰ ਕਿਵੇਂ ਜਿਹੜਾ ਉਹ ਲੈਂਦੇ ਆ। ਇੰਨਾ ਜ਼ਰੂਰ ਆ ਕਿ ਕੋਸ਼ਿਸ਼ ਜਿਹੜੀ ਆ ਉਹ ਹਰਿਆਣੇ ਦੀ ਸਰਕਾਰ ਪੂਰੀ ਕਰ ਰਹੀ ਹੈ। ਜੀ ਜੀ, ਕੋਈ ਕਸਰ ਨਹੀਂ ਛੱਡੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਐਤੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।